ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੀਤ। ਪੇਂਡੂ ਲਾਈਫਤੀਮਾਨ ਚੈਨਲ 'ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਆਸ ਹੈ ਕਿ ਸਾਰੇ ਵਧੀਆ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਹਾਂ। ਅਤੇ ਅੱਜ ਜੀ ਦਿਨ ਹੈਗਾ ਸ਼ੁੱਕਰਵਾਰ, ਅਤੇ ਸ਼ਾਮ ਦਾ ਟਾਈਮ ਹੋ ਚੁੱਕਿਆ ਕੰਮ ਧੰਦਿਆਂ ਦਾ। ਅਤੇ ਪਹਿਲਾਂ ਤਾਂ ਮੈਂ ਆਪਣਾ ਸਿਲਾਈ ਦਾ ਕੰਮ ਕਰਕੇ ਹਟੀ ਹਾਂ, ਅਤੇ ਫਿਰ ਮੈਂ ਕਿਹਾ ਚੱਲ ਹੁਣ ਮੈਂ ਸਬਜ਼ੀ ਵਗੈਰਾ ਧਰ ਲਾਂ, ਕਿਉਂਕਿ ਹਨੇਰਾ ਬਹੁਤ ਜਲਦੀ ਹੋ ਜਾਂਦਾ ਜਦੋਂ ਦੇ ਕਿਸਾਨ ਭਰਾ ਅੱਗ ਲਾਉਣ ਲੱਗੇ ਨੇ, ਉਹਦੇ ਧੂੰਏ ਕਰਕੇ ਦਿਨ ਦਾ ਪਤਾ ਨਹੀਂ ਲੱਗਦਾ ਹੈਗਾ। ਦਿਨ ਜਲਦੀ ਛਿਪ ਜਾਂਦਾ, ਪਰ ਦਿਨ ਇੰਨੀ ਜਲਦੀ ਛਿਪਣਾ ਨਹੀਂ ਚਾਹੀਦਾ, ਪਰ ਛਿਪ ਜਾਂਦਾ। ਅਤੇ ਹੁਣ ਮੈਂ ਦੇਖਦੀ ਹਾਂ, ਬੱਚੇ ਕਹਿੰਦੇ ਨੇ ਸਾਨੂੰ ਔਲਿਆਂ ਦਾ ਅਚਾਰ ਪਾ ਕੇ ਦਿਉ, ਅਤੇ ਪਹਿਲਾਂ ਤਾਂ ਮੈਂ ਬਣਾਉਂਦੀ ਹਾਂ ਔਲਿਆਂ ਦਾ ਅਚਾਰ, ਅਤੇ ਫਿਰ ਇਸ ਤੋਂ ਬਾਅਦ ਧਰਦੀ ਹਾਂ ਸਬਜ਼ੀ। ਅਤੇ ਕੰਮ ਬਹੁਤ ਜ਼ਿਆਦਾ ਪਏ ਨੇ ਹਲੇ ਕਰਨ ਵਾਲੇ, ਅਤੇ ਪਹਿਲਾਂ ਮੈਂ ਝਾੜੂ ਵਗੈਰਾ ਲਾ ਦਾਂ ਫਿਰ, ਕਿਉਂਕਿ ਰਹਿ ਰਸਤਾ ਟਾਈਮ ਹੋ ਗਿਆ, ਬਾਬਾ ਜੀ ਪਾਠ ਲੱਗ ਜਾਣਗੇ ਕਰਨ। ਮੈਂ ਹੁਣ ਪਹਿਲਾਂ ਔਲੇ ਆਪਣੇ ਜਿਹੜੇ ਔਲੇ ਨੇ ਉਹ ਮੈਂ ਉਬਲਣੇ ਧਰ ਦੇਣੀ ਆ, ਇੱਕ ਉਬਾਲੀ ਦੇਣੀ ਆ ਆਪਾਂ ਨੇ ਔਲਿਆਂ ਨੂੰ, ਜਿਹਦੇ ਨਾਲ ਆਪਣਾ ਅਚਾਰ ਵਧੀਆ ਹੋਜੂਗਾ ਖਾਣ ਵਾਲਾ, ਅਤੇ ਖਾਣ 'ਚ ਵੀ ਟੇਸਟ ਹੋਜੂਗਾ। ਅਤੇ ਸਭ ਤੋਂ ਧਰਦੀ ਆ ਔਲੇ, ਉਹਨੂੰ ਇੱਕ ਉਬਾਲੀ ਦਵਾ ਦੇਣੇ ਔਲਿਆਂ ਨੂੰ। ਇਹ ਹੋ ਗਏ ਆਪਣੇ ਕਿਲੋ ਔਲੇ, ਇਹਨਾਂ ਦੇ ਵਿੱਚੋਂ ਜਿਹੜੇ ਖਰਾਬ ਔਲੇ ਨੇ ਉਹ ਆਪਾਂ ਕੱਢ ਦਾਨੇ ਆ, ਅਤੇ ਜਿਹੜੇ ਖਰਾਬ ਔਲੇ ਨੇ ਉਹ ਕੱਢ ਕੇ ਆਪਾਂ ਇੱਕ ਸਾਈਡ 'ਤੇ ਕਰ ਦਾਨੇ ਆ, ਅਤੇ ਜਿਹੜੇ ਵਧੀਆ ਨੇ ਉਹਨੂੰ ਆਪਾਂ ਧੋ ਕੇ ਇੱਕ ਵਾਲੀ ਦਵਾ ਲਾਂਗੇ, ਅਤੇ ਜਿਹਦੇ ਨਾਲ ਆਪਣੇ ਮਤਲਬ ਕਿ ਔਲੇ ਵਧੀਆ ਸ਼ਾਮ ਨੂੰ ਇਹ ਖਾਣ ਲਾਇਕ ਹੋ ਜਾਣਗੇ, ਜਦੋਂ ਆਪਾਂ ਰੋਟੀ ਸਬਜ਼ੀ ਵਗੈਰਾ ਸਬਜ਼ੀ ਨਾਲ ਔਲਾ ਲੈ ਸਕਦੇ ਹਾਂ। ਇਹ ਛੋਟੇ ਔਲੇ ਮੈਂ ਤਾਂ ਮੰਗਾਏ ਹੋਏ ਨੇ ਕਿਉਂਕਿ ਬੱਚੇ ਕਈ ਵਾਰ ਖਾਂਦੇ ਨਹੀਂ ਹੈਗੇ, ਲੈ ਤਾਂ ਲੈਂਦੇ ਨੇ ਅਚਾਰ ਪਰ ਸਿੱਟ ਦਿੰਦੇ ਨੇ। ਅਤੇ ਲਓ ਜੀ, ਇਹਨੂੰ ਹੁਣ ਆਪਾਂ ਧੋ ਲੈਂਦੇ ਹਾਂ ਔਲਿਆਂ ਨੂੰ ਧੋ ਕੇ ਚੰਗੀ ਤਰ੍ਹਾਂ, ਫਿਰ ਆਪਾਂ ਇਹਨੂੰ ਉਬਾਲਣੇ ਰੱਖ ਦਾਨੇ ਆ। ਔਲੇ ਤਾਂ ਆਪਾਂ ਦਿੱਤੇ ਧੋ, ਹੁਣ ਆਪਾਂ ਗੈਸ 'ਤੇ ਧਰਦੇ ਹਾਂ ਕੜਾਹੀ। ਔਲੇ ਤਾਂ ਆਪਣੇ ਧੋ ਲਏ, ਹੁਣ ਥੋੜ੍ਹਾ ਜਿਹਾ ਹੁਣ ਆਪਾਂ ਗੈਸ ਦੇ ਉੱਤੇ ਡੱਬੂ ਧਰ ਲਿਆ, ਇਹਦੇ ਵਿੱਚ ਧਰ ਲਿਆ ਪਾਣੀ, ਇੰਨਾ ਇਹ ਪਾਣੀ ਗਰਮ ਹੁੰਦਾ। ਜਦੋਂ ਇਹ ਪਾਣੀ ਥੋੜ੍ਹਾ ਜਿਹਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾ ਦਾਂਗੇ ਔਲੇ, ਅਤੇ ਜਿਹਦੇ ਨਾਲ ਆਪਣੇ ਔਲਿਆਂ ਨੂੰ ਇੱਕ ਵਾਲੀ ਆ ਜੂਗੀ, ਅਤੇ ਔਲੇ ਪੂਰੇ ਵਧੀਆ ਹੋ ਜਾਣਗੇ, ਫਿਰ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ। ਅਤੇ ਇੰਨਾ ਹੁੰਦਾ ਆਪਣਾ ਪਾਣੀ ਗਰਮ, ਅਤੇ ਇੰਨਾ ਬਾਕੀ ਮੈਂ ਮਤਲਬ ਕਿ ਸਬਜ਼ੀ ਵਗੈਰਾ ਚੀਰ ਲੈਣੀ ਆ, ਅਤੇ ਫਿਰ ਆਪਾਂ ਔਲਿਆਂ ਨੂੰ ਫਰਾਈ ਕਰਕੇ ਉਹਦਾ ਅਚਾਰ ਪਾਵਾਂਗੇ। ਅਤੇ ਚਲੋ ਜੀ, ਇੰਨਾ ਪਾਣੀ ਗਰਮ ਹੁੰਦਾ, ਫਿਰ ਜਦੋਂ ਔਲੇ ਪਾਵਾਂਗੇ ਸਾਨੂੰ ਉਦੋਂ ਗੱਲ ਕਰਦੇ ਹਾਂ। ਪਾਣੀ ਲੱਗ ਗਿਆ ਆਪਣਾ ਉਬਲਣ, ਅਤੇ ਇਹਦੇ ਵਿੱਚ ਪਾ ਦੇਣੇ ਹੁਣ ਆਪਾਂ ਔਲੇ। ਇੱਕੇ ਵਾਲੀ ਦਵਾਣੀ ਆਪਾਂ ਨੇ ਔਲਿਆਂ ਨੂੰ, ਤਾਂ ਜੋ ਆਪਣੇ ਔਲੇ ਨੇ ਜਿਹੜੇ ਪੂਰੇ ਵਧੀਆ ਖਾਣ ਵਾਲੇ ਹੋ ਜਾਣ। ਅਤੇ ਇੰਨਾ ਔਲੇ ਉਬਲਦੇ ਨੇ, ਜਦੋਂ ਬਾਲੀ ਆ ਗਈ ਇਹਨਾਂ ਨੂੰ, ਫਿਰ ਆਪਾਂ ਇਹਨਾਂ ਨੂੰ ਕੱਢ ਲਾਂਗੇ। ਸਿਰਫ ਇੱਕ ਵਾਲੀ ਦਵਾਣੀ ਹੈ, ਜੇ ਆਪਾਂ ਨੇ ਜ਼ਿਆਦਾ ਵਾਲੀਆਂ ਦਵਾਤੀਆਂ ਤਾਂ ਇਹ ਜ਼ਿਆਦਾ ਮਤਲਬ ਕਿ ਬਣ ਜਾਣਗੇ, ਜਿਹਦੇ ਨਾਲ ਇਹ ਥੋੜ੍ਹਾ ਚਿਰ ਹੀ ਚੱਲਣਗੇ, ਖਰਾਬ ਜਲਦੀ ਹੋ ਜੂ ਅਚਾਰ ਆਪਣਾ, ਪਰ ਆਪਾਂ ਇਹਨੂੰ ਸਿਰਫ ਇੱਕ ਵਾਲੀ ਉਦੋਂ ਆਵਾਂਗੇ। ਅਤੇ ਇਹ ਔਲੇ ਦਾ ਅਚਾਰ ਆਪਣੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇੱਕ ਤਾਂ ਇਹ ਆਪਣੇ ਜਿਹੜੇ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਫਾਇਦਾ ਔਲਿਆਂ ਦਾ, ਜੇ ਆਪਾਂ ਔਲੇ ਦਾ ਅਚਾਰ ਖਾਂਦੇ ਹਾਂ ਤਾਂ ਆਪਣੇ ਸਰੀਰ ਵਾਸਤੇ ਬਹੁਤ ਚੰਗਾ ਹੈ। ਦੂਜਾ ਫਾਇਦਾ ਇਹਦੇ ਹੈ, ਇਹ ਕਬਜ਼ ਵੀ ਦੂਰ ਕਰਦਾ। ਅਤੇ
ਬਾਕੀ ਟੇਸਟ ਵੀ ਬਹੁਤ ਜ਼ਿਆਦਾ ਬਣਦਾ ਇਹ ਅਚਾਰ ਔਲੇ ਦਾ। ਇੰਨਾ ਆਉਂਦੀ ਆ ਬਾਲੀ, ਇੰਨਾ ਮੈਂ ਚੀਰਦੀ ਹਾਂ ਸਬਜ਼ੀ। ਔਲਿਆਂ ਨੂੰ ਬਾਲੀ ਆਉਣੀ ਸ਼ੁਰੂ ਹੋ ਗਈ ਅਤੇ ਬਸ ਜਦੋਂ ਮਾੜਾ ਜਿਹਾ ਉੱਬਣ ਲੱਗ ਗਏ ਇਹ, ਜਦੀ ਆਪਾਂ ਗੈਸ ਦੇਵਾਂਗੇ ਘਰ ਬੰਦ, ਗੈਸ ਨੂੰ ਬੰਦ ਕਰ ਦਾਂਗੇ ਅਤੇ ਆਪਾਂ ਜਿਹੜੇ ਔਲੇ ਨੇ ਆਪਾਂ ਨਾ ਇੱਕ ਝਾਰਨੀ ਦੇ ਵਿੱਚ ਕੱਢ ਲਾਂਗੇ, ਜਿਹਦੇ ਨਾਲ ਆਪਣੇ ਇਹ ਪਾਣੀ ਸਾਰਾ ਨੁਚੜ ਜੂਗਾ। ਫਿਰ ਆਪਾਂ ਇਹਨੂੰ ਆਰਾਮ ਨਾਲ ਤੜਕਾ ਲਗਾ ਸਕਦੇ ਹਾਂ, ਫਰਾਈ ਕਰ ਸਕਦੇ ਹਾਂ ਆਪਾਂ ਔਲਿਆਂ ਨੂੰ, ਅਤੇ ਜ਼ਿਆਦਾ ਵੀ ਨਹੀਂ ਆਪਾਂ ਨੇ ਉਹ ਕਰਨੇ ਹੈਗੇ। ਵਾਲੀ ਆਉਣੀ ਸ਼ੁਰੂ ਹੋ ਗਈ, ਔਲੇ ਵੀ ਲੱਗ ਗਏ ਉਬਲਣ, ਅਤੇ ਹੁਣ ਆਪਾਂ ਗੈਸ ਦਿੰਦੇ ਹਾਂ, ਗੈਸ ਨੂੰ ਕਰ ਦਿੰਦੇ ਹਾਂ ਬੰਦ ਅਤੇ ਫਿਰ ਇਹਨੂੰ ਆਪਾਂ ਕੱਢਦੇ ਹਾਂ ਝਾਰਨੀ ਦੇ ਵਿੱਚ, ਪੂਰੇ ਵਧੀਆ ਲੱਗੇ ਰਿੱਝਣ। ਅਤੇ ਹੁਣ ਆਪਾਂ ਕੱਢ ਦਿੰਦੇ ਹਾਂ ਝਾਰਨੀ ਚ, ਝਾਰਨੀ ਚ ਕੱਢਣੇ ਨੇ। ਪਹਿਲਾਂ ਇਹ ਝਾਰਨੀ ਨੂੰ ਆਪਾਂ ਧੋ ਲਾਉਂਦੇ ਹਾਂ ਕਿਉਂਕਿ ਜਿਹੜੇ ਇਹਦੇ ਵਿੱਚ ਲੱਗਿਆ ਹੋਇਆ ਦਰਦ ਜੀ ਉਹ ਸਾਫ਼ ਹੋ ਜੂਗੀ। ਦੇਖੋ ਪਹਿਲਾਂ ਕਿੱਦਾਂ ਦੇ ਸੀ ਔਲੇ, ਹਰੇ ਹਰੇ ਸੀ, ਹੁਣ ਹੋ ਗਏ ਇਹ ਫਿੱਕੇ ਹਰੇ ਜੇ, ਇੱਦਾਂ ਦੇ ਹੋ ਕੇ ਜਦੋਂ ਆਪਾਂ ਨੇ ਬਾਲੀ ਦਵਾ ਲਈ। ਅਤੇ ਹੁਣ ਇਹਨੂੰ ਆਪਾਂ ਲੈ ਲਿਆ, ਆਪਾਂ ਸੁਕਾਉਣ ਵਾਸਤੇ ਇੱਕ ਪਾਸੇ ਰੱਖ ਦਿੰਦੇ ਹਾਂ। ਅਤੇ ਫਰਾਈ ਪੀਨ ਦੇ ਵਿੱਚ ਧਰਦੇ ਹਾਂ ਆਪਾਂ ਤੇਲ, ਇਹਦੇ ਧਰਦੇ ਹਾਂ ਆਪਾਂ ਤੇਲ। ਇਹ ਤੇਲ ਨੂੰ ਥੋੜ੍ਹਾ ਜਿਹਾ ਗਰਮ ਹੋ ਜਾਣ ਦਿਓ, ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਜਿਹੜੇ ਆਪਣੇ ਉਹ ਔਲਿਓ ਵਾਲੇ ਸੀ ਉਹ ਪਾਵਾਂਗੇ, ਅਤੇ ਉਹਨੂੰ ਥੋੜ੍ਹਾ ਚਿਰ ਫਰਾਈ ਕਰਾਂਗੇ। ਫਿਰ ਸਵਾਦ ਅਨੁਸਾਰ ਉਹਦੇ ਵਿੱਚ ਪਾਵਾਂਗੇ ਆਪਾਂ ਨਮਕ, ਹਲਦੀ ਅਤੇ ਲਾਲ ਮਿਰਚ ਥੋੜ੍ਹੀ ਜਿਹੀ ਸਵਾਦ ਅਨੁਸਾਰ। ਅਤੇ ਮੈਂ ਇੰਨਾ ਸਮਾਨ ਲਿਆਉਂਦੀ ਜਿਹੜੇ ਇਹਦੇ ਵਿੱਚ ਪਊਗਾ ਚੱਕ ਕੇ। ਤੇਲ ਵੀ ਹੋ ਗਿਆ ਆਪਣਾ ਗਰਮ, ਹੁਣ ਵੀ ਇਹਦੇ ਵਿੱਚ ਪਾ ਦਿੰਦੇ ਆਪਾਂ ਇਹ ਉਬਲੇ ਹੋਏ ਔਲੇ। ਕਈਆਂ ਮੇਰੀ ਭੈਣਾਂ ਇਹਨੂੰ ਲਾਉਂਦੀਆਂ ਨੇ ਪਿਆਜ਼ ਦਾ ਤੜਕਾ, ਪਰ ਇਹਨੂੰ ਪਿਆਜ਼ ਦਾ ਤੜਕਾ ਨਹੀਂ ਲੱਗਦਾ ਹੈਗਾ। ਪਿਆਜ਼ ਦਾ ਤੜਕਾ ਲਾਉਂਦੇ ਹਾਂ ਫਿਰ ਆਪਣਾ ਅਚਾਰ ਜਲਦੀ ਖਰਾਬ ਹੋ ਜਾਂਦਾ। ਇਹਦੇ ਵਿੱਚ ਪਾ ਦਿੰਦੇ ਹਾਂ ਆਪਾਂ ਰਾਈ ਤੇ ਜਮੈਣ ਰਗੜੀ ਹੋਏ। ਜ਼ਿਆਦਾ ਨਹੀਂ ਪਾਉਣੇ ਹੈਗੇ, ਥੋੜ੍ਹੀ ਬਸ ਟੇਸਟ ਵਜੋਂ ਹੀ ਪਾਉਣੇ ਨੇ। ਅਤੇ ਨਾਲ ਹੀ ਹੁਣ ਇਹਦੇ ਵਿੱਚ ਪਾ ਦਿੰਦੇ ਹਾਂ ਆਪਾਂ ਸਵਾਦ ਅਨੁਸਾਰ ਨਮਕ। ਜ਼ਿਆਦਾ ਨਮਕ ਵੀ ਨਹੀਂ ਫਿਰ ਵਧੀਆ ਲੱਗਦਾ ਹੈਗਾ। ਇਹ ਹੋ ਗਈ ਹਲਦੀ ਥੋੜ੍ਹੀ ਜਿਹੀ,
ਥੋੜ੍ਹੀ ਜਿਹੀ ਹੋ ਗਈ ਮਿਰਚ ਸਵਾਦ ਅਨੁਸਾਰ, ਨਮਕ ਥੋੜ੍ਹਾ ਜਿਹਾ ਹੋਰ ਪਾਇਆ ਨਾ ਘੱਟ ਲੱਗਾ। ਹੁਣ ਇਹਨੂੰ ਆਪਾਂ 5 ਕੁ ਮਿੰਟ ਸੇਕ ਲਵਾਵਾਂਗੇ, ਜਿਹਦੇ ਨਾਲ ਇਹ ਆਪਣੇ ਔਲੇ ਪੂਰੇ ਵਧੀਆ ਖਾਣ ਨੂੰ ਲਾਈਕ ਹੋਣਗੇ। ਕਈ ਮੇਰੀਆਂ ਭੈਣਾਂ ਕੱਚੇ ਔਲਿਆਂ ਨੂੰ ਇਹ ਤੜਕਾ ਲਗਾ ਲੈਂਦੀਆਂ ਨੇ, ਪਰ ਮੈਂ ਲਗਾਇਆ ਉਬਾਲ ਕੇ। ਕਈ ਇਹਨੂੰ ਗਰਮ ਪਾਣੀ ਦੇ ਵਿੱਚ ਸੁੱਟ ਲੈਂਦੇ ਨੇ, ਪਰ ਇੱਕ ਵਾਲੀ ਦੇਣੀ ਜ਼ਰੂਰੀ ਆ ਤਾਂ ਜੋ ਇਹਦੇ ਮਤਲਬ ਕਿ ਖਰਾਬ ਹੋਏ ਔਲੇ ਹੁੰਦੇ ਨੇ ਉਹ ਵੀ ਉੱਪਰ ਆ ਜਾਂਦੇ ਨੇ, ਉਹ ਵੀ ਆਪਾਂ ਕੱਢ ਸਕਦੇ ਹਾਂ ਜੋ ਉੱਪਰ ਆ ਜਾਂਦੇ ਨੇ ਖਰਾਬ ਹੋ ਕੇ। ਅਤੇ ਹੁਣ ਆਪਣਾ ਔਲਿਆਂ ਦਾ ਅਚਾਰ ਹੋ ਗਿਆ ਪੂਰਾ ਰੈਡੀ, ਅਤੇ ਮੈਂ ਤੁਹਾਨੂੰ ਕੌਲੀ ਦੇ ਵਿੱਚ ਪਾ ਕੇ ਦਿਖਾਉਂਦੀ ਹਾਂ ਵੀ ਇਹ ਬਣ ਗਿਆ, ਤੁਸੀਂ ਹੁਣ ਵੀ ਖਾ ਸਕਦੇ ਹੋ ਇਹ। ਅਤੇ ਗੈਸ ਦਿੰਦੇ ਹਾਂ ਆਪਾਂ, ਗੈਸ ਨੂੰ ਕਰ ਦਿੱਤਾ ਬੰਦ, ਅਤੇ ਤੁਹਾਨੂੰ ਕੌਲੀ ਦੇ ਵਿੱਚ ਪਾ ਕੇ ਦਿਖਾਉਂਦੀ ਹਾਂ। ਦੇਖੋ ਪੂਰਾ ਵਧੀਆ ਹੋ ਗਿਆ ਅਚਾਰ, ਚਮਚੇ ਨਾਲ ਵੀ ਕੱਟਿਆ ਜਾਂਦਾ ਹੈ ਨਾ। ਜਿਹੜੇ ਆਪਾਂ ਔਲੇ ਮਤਲਬ ਕਿ ਇੱਦਾਂ ਹੀ ਆਪਾਂ ਉਹ ਕਰ ਲੈਂਦੇ ਹਾਂ ਕੱਚੇ ਪਾ ਲੈਂਦੇ ਹਾਂ, ਉਹ ਬਣਨ ਨੂੰ ਟਾਈਮ ਲਾਉਂਦੇ ਨੇ, ਅਤੇ ਜੇ ਆਪਾਂ ਬਾਲੀ ਦੇ ਕੇ ਪਾਈ ਉਹ 'ਚ ਜਲਦੀ ਬਣ ਜਾਂਦੇ ਨੇ। ਦੇਖੋ ਪੂਰਾ ਵਧੀਆ ਹੋ ਗਿਆ, ਖਾਣ 'ਚ ਵੀ ਬਹੁਤ ਜ਼ਿਆਦਾ ਟੇਸਟ ਹੋਊਗਾ ਇਹ। ਅਤੇ ਆਪਾਂ ਫਰਾਈਪੀਨ ਨੂੰ ਲਾ ਲਿਆ ਨੀਚੇ, ਜਦੋਂ ਇਹ ਆਪਣਾ ਅਚਾਰ ਠੰਡਾ ਹੋ ਗਿਆ ਤਾਂ ਆਪਾਂ ਇਹਨੂੰ ਪਾ ਦਾਂਗੇ ਵਰਤਮਾਨ ਦੇ ਵਿੱਚ। ਇੰਨਾ ਆਪਾਂ ਇਹਨੂੰ ਇੱਦਾਂ ਹੀ ਰੱਖ ਦਾਂਗੇ ਆ ਤਾਂ ਜੋ ਇਹ ਜਲਦੀ ਠੰਡਾ ਹੋ ਜੇ। ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਮੇਰੀਆਂ ਭੈਣਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ, ਅਤੇ ਤੁਸੀਂ ਔਲੇ ਦਾ ਅਚਾਰ ਕਿਵੇਂ ਪਾਉਂਦੇ ਹੋ। ਅਤੇ ਮੈਂ ਤਾਂ ਇਸ ਤਰੀਕੇ ਨਾਲ ਹੀ ਪਾਉਂਦੀ ਹਾਂ, ਅਤੇ ਮੈਨੂੰ ਕਮੈਂਟ ਬਹੁਤ ਜ਼ਿਆਦਾ ਘੱਟ ਆਉਂਦੇ ਨੇ, ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਜਾਂ ਕੋਈ ਵੀ ਮੈਂ ਵਲੌਗ ਬਣਾਉਂਦੀ ਉਹਦੇ ਬਾਰੇ ਜ਼ਰੂਰ ਦੱਸਿਆ ਕਰੋ ਮੇਰੀਆਂ ਭੈਣਾਂ, ਮੇਰੇ ਭਾਈ, ਮੇਰੇ ਵੀਰ। ਅਤੇ ਹੁਣ ਇਹ ਠੰਡੇ ਹੋਏ ਤੋਂ ਆਪਾਂ ਪਾਵਾਂਗੇ ਵਰਤਮਾਨ ਦੇ ਵਿੱਚ, ਅਤੇ ਹੁਣ ਮੈਂ ਚੀਰਦੀ ਹਾਂ ਸਬਜ਼ੀ। ਅਚਾਰ ਆਪਣਾ ਬਿਲਕੁਲ ਠੰਡਾ ਹੋ ਗਿਆ ਸੀ, ਅਤੇ ਇਹ ਵਰਤਮਾਨ ਦੇ ਵਿੱਚ ਮੈਨੇ ਪਹਿਲਾਂ ਮਿਰਚਾਂ ਦਾ ਅਚਾਰ ਪਾਇਆ ਹੋਇਆ, ਮੈਨੂੰ ਐਂ ਸੀ ਵੀ ਚੱਲ ਇਹਦੇ ਵਿੱਚ ਹੀ ਔਲਿਆਂ ਦਾ ਅਚਾਰ ਪਾ ਦਿੰਦੇ ਹਾਂ, ਅਤੇ ਜਿਹਦੇ ਨਾਲ ਆਪਣਾ ਅਚਾਰ ਪੂਰਾ ਵਧੀਆ ਉਹ ਹੋਜੂ ਖਾਣ ਵਾਲਾ। ਅਤੇ ਅਚਾਰ ਪੂਰਾ ਠੰਡਾ ਹੋ ਗਿਆ, ਅਤੇ ਹੁਣ ਇਹਨੂੰ ਆਪਾਂ ਪਾ ਦਿੰਦੇ ਹਾਂ ਵਰਤਮਾਨ ਦੇ ਵਿੱਚ ਹੌਲੀ ਹੌਲੀ। ਅਤੇ ਬਹੁਤ ਵਧੀਆ ਸਵਾਦਿਸ਼ਟ ਅਚਾਰ ਬਣਿਆ ਇਹ। ਅਤੇ ਬਾਕੀ ਦੇਖਦੀ ਹਾਂ ਅਦਰਕ ਦਾ ਵੀ ਅਚਾਰ ਸ਼ਾਇਦ ਮੈਂ ਕੱਟ ਕੇ ਇਹਦੇ ਵਿੱਚ ਹੀ ਮਿਕਸ ਕਰਕੇ ਪਾ ਦੂੰਗੀ, ਆਪਣਾ ਮਿਕਸ ਅਚਾਰ ਬਣ ਜੂਗਾ। ਅਤੇ ਸਾਰਾ ਅਚਾਰ ਜਦੋਂ ਇਹਦੇ ਵਿੱਚ ਪਾ ਤਾ ਫਿਰ ਇਹਦੇ ਵਿੱਚ ਪਾ ਦੂੰ ਮੈਂ ਮਗਰੋਂ ਥੋੜ੍ਹਾ ਜਿਹਾ ਸਿਰਕਾ, ਅਤੇ ਸਿਰਕੇ ਨਾਲ ਆਪਣਾ ਅਚਾਰ ਖਰਾਬ ਨਹੀਂ ਹੁੰਦਾ ਹੈਗਾ, ਸਿਰਕਾ ਜ਼ਿਆਦਾ ਵੀ ਨਹੀਂ ਪਾਉਣਾ ਹੈਗਾ, ਬਸ ਥੋੜ੍ਹਾ ਜਿਹਾ। ਤੁਹਾਨੂੰ ਕੌਲੀ ਦੇ ਵਿੱਚ ਪਾ ਕੇ ਦਿਖਾਉਂਦੇ ਹਾਂ ਸਿਰਕਾ ਕਿੰਨਾ ਕੁ ਪਾਉਣਾ। ਅਤੇ ਬਾਕੀ ਇਹ ਅਚਾਰ ਦੇ ਵਿੱਚ ਆਪਾਂ ਹੋਰ ਮਸਾਲੇ ਵਗੈਰਾ ਵੀ ਪਾ ਸਕਦੇ ਹਾਂ, ਜਿਵੇਂ ਕਿ ਚਣਾ ਮਸਾਲਾ ਹੋ ਗਿਆ, ਗਰਮ ਮਸਾਲਾ ਹੋ ਗਿਆ, ਪਰ ਮੈਂ ਇਹਦੇ ਵਿੱਚ ਮਸਾਲੇ ਵਗੈਰਾ ਕੁਝ ਨਹੀਂ ਪਾਏ, ਬਸ ਸਿਰਫ ਇਹਦੇ ਵਿੱਚ ਮੈਂ ਪਾਈ ਹੈ ਇੱਕ ਰਾਈ ਅਤੇ ਥੋੜ੍ਹੀ ਜਿਹੀ ਜਮੈਣ ਦੋਨਾਂ ਨੂੰ ਪੀਸ ਕੇ, ਅਤੇ ਫਿਰ ਇਹਦੇ ਨਾਲ ਅਚਾਰ ਦਾ ਸਵਾਦ ਬਦਲ ਜਾਂਦਾ। ਬਾਕੀ ਸੌਂਫ ਵਗੈਰਾ ਵੀ ਪਾ ਸਕਦੇ ਹਾਂ। ਅਤੇ ਚਲੋ ਜੀ ਅਚਾਰ ਤਾਂ ਇਹਦੇ ਵਿੱਚ ਦਿੱਤਾ ਮੈਂ ਪਾ ਵਰਤਮਾਨ ਦੇ ਵਿੱਚ, ਹੁਣ ਪਾਉਂਦੇ ਹਾਂ ਥੋੜ੍ਹਾ ਜਿਹਾ ਸਿਰਕਾ ਇਹਦੇ ਵਿੱਚ। ਅਤੇ ਸਿਰਕੇ ਨਾਲ ਮਤਲਬ ਕਿ ਅਚਾਰ ਆਪਣਾ ਬਿਲਕੁਲ ਖਰਾਬ ਨਹੀਂ ਹੋਣਾ ਹੈਗਾ, ਜਿੰਨਾ ਮਰਜ਼ੀ ਸਟੋਰ ਕਰਕੇ ਰੱਖ ਲਓ।
ਅਤੇ ਪਿਛਲੀ ਵਾਰ ਵੀ ਮੈਂ ਅਚਾਰ ਇੱਦਾਂ ਪਾਇਆ ਸੀ, ਅਤੇ ਐਤਕੀ ਵੀ ਮੈਂ ਇੱਦਾਂ ਹੀ ਪਾਇਆ। ਮੈਂ ਚਲੋ ਪੂਰਾ ਵਧੀਆ ਬਣ ਜੂਗਾ, ਅਤੇ ਕੱਲ੍ਹ ਨੂੰ ਦੇਖਦੀ ਹਾਂ ਮੈਂ ਕੱਟਦੀ ਹਾਂ ਅਦਰਕ, ਇਹਦੇ ਵਿੱਚ ਹੀ ਅਦਰਕ ਦਾ ਅਚਾਰ ਮਿਕਸ ਕਰਕੇ ਪਾ ਦਾਂਗੀ। ਅਤੇ ਲਓ ਜੀ, ਆਪਾਂ ਅਚਾਰ ਦਿੱਤਾ ਪਾ ਇਹਦੇ ਵਿੱਚ, ਮੈਂ ਹੁਣ ਅਤੇ ਚੀਰ ਆਪਾਂ ਦੀਆਂ ਢੱਕਣ ਲਾ ਜੀ ਤਾ ਸਬਜ਼ੀ ਵਰਤਮਾਨ ਨੂੰ। ਲਿਆਂਦੀ ਧਰਦੇ ਗੋਭੀ ਦੀ, ਗੋਭੀ ਧਰਦੇ ਆ, ਤੇ ਇੱਧਰ ਮੇਰੀ ਮਿੱਟੀ ਵੀ ਭਿਉਂਤੀ ਹੋਈ ਆ, ਚੁੱਲ੍ਹੇ 'ਤੇ ਮਿੱਟੀ ਲਾਉਣੀ ਆ। ਦੇਖਦੀ ਹਾਂ ਕੱਲ੍ਹ ਨੂੰ ਇਹ ਕਰਦੀ ਹਾਂ ਸਲਾਹ, ਚੁੱਲ੍ਹੇ 'ਤੇ ਮਿੱਟੀ ਲਾਉਣ ਦੀ। ਅਤੇ ਬਾਕੀ ਕੰਮ ਜ਼ਿਆਦਾ ਹੋਣ ਕਰਕੇ ਮੈਨੂੰ ਟਾਈਮ ਘੱਟ ਲੱਗਦਾ, ਅਤੇ ਮੈਂ ਕਿਹਾ ਚੱਲ ਕੱਲ੍ਹ ਨੂੰ ਲਾ ਦੂੰਗੀ, ਲਾਉਣੀ ਤਾਂ ਅੱਜ ਸੀ। ਅਤੇ ਚਲੋ ਜੀ, ਅੱਜ ਦੀ ਵੀਡੀਓ ਕਰਦੇ ਆਪਾਂ ਇੱਥੇ ਸਮਾਪਤ, ਮਿਲਦੇ ਆ ਕੱਲ੍ਹ ਨੂੰ ਕਿਸੇ ਨਵੀਂ ਵੀਡੀਓ ਨਾਲ। ਜੇ ਮੇਰੀ ਵੀਡੀਓ ਵਧੀਆ ਲੱਗੀ ਹੋਊ ਤਾਂ ਮੇਰੀ ਵੀਡੀਓ ਨੂੰ ਲਾਈਕ, ਸਬਸਕ੍ਰਾਈਬ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਔਲਿਆਂ ਦਾ ਅਚਾਰ ਕਿੱਦਾਂ ਪਾਉਂਦੇ ਹੋ, ਅਤੇ ਕਮੈਂਟ ਜ਼ਰੂਰ ਕਰਿਆ ਕਰੋ। ਮੇਰੀ ਭੈਣਾਂ ਨੂੰ ਬੇਨਤੀ ਹੈ ਅਤੇ ਮੇਰੇ ਵੀਰਾਂ ਨੂੰ, ਭਾਈਆਂ ਨੂੰ, ਐਂ ਵੀ ਤੁਸੀਂ, ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਮੇਰੀ। ਅਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ। ਅਤੇ ਅੱਜ ਦੀ ਵੀਡੀਓ ਸੀ ਇੱਥੇ ਤੱਕ, ਮਿਲਦੇ ਆ ਕੱਲ੍ਹ ਨੂੰ ਕਿਸੇ ਨਵੀਂ ਵੀਡੀਓ ਨਾਲ। ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰ ਦਿਓ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਾਏ ਬਾਏ। Thank you.